ਮਾਰਦਾ, ਚੈੱਕ ਕਰਿਓ ਕੱਟ ਮਾਰਦਾ ਓਏ। ਆ ਦੇਖੋ ਡੀ ਕੈਮਰਾ ਆਈ ਵੀ ਆਈ ਐਨੀ ਹੈ ਵੀਰ ਜੀ। ਸਪਰਾਊਟ ਸੈਲਡ ਕਾ ਹੈ 70 ਰੁਪਏ, ਹਾਫ ਪਲੇਟ ਪਨੀਰ ਡਰਾਈ ਫਰੂਟ ਡਾਲ ਕੇ ਮਿਕਸ। ਬਹੁਤ ਵਧੀਆ ਯਾਰ, 2500 ਹੈਗੀ ਆ। 2500 ਮੰਥਲੀ? ਮੰਥਲੀ ਸੋਰੀ। ਪਹੁੰਚੇ ਆ ਜੀ ਜਿਮ, ਸੈਟਮ ਰੈਪ ਜਿਮ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਚੈਨਲ ਵੀ ਪਿੰਡ ਵਲੌਗ। ਆਪਾਂ ਅੱਜ ਪਹੁੰਚੇ ਹਾਂ ਸੈਟਮ ਰੈਪਸ ਜਿਮ, ਅਤੇ ਬਹੁਤ ਵਧੀਆ ਜਿਮ ਹੈਗਾ ਯਾਰ। ਮੈਂ ਤੁਹਾਨੂੰ ਦਿਖਾਉਂਦਾ ਹਾਂ ਸਾਰਾ ਵੀਡੀਓ ਦੇ ਵਿੱਚ। ਆਪਣੇ ਆ ਟ੍ਰੇਨਰ ਸਾਹਿਬ ਲੱਗੇ ਆ, ਚੈੱਕ ਕਰੋ ਤੁਸੀਂ, ਅਤੇ ਬਾਕੀ ਤੁਹਾਨੂੰ ਐਕਸਰਸਾਈਜ਼ ਲੈ ਕੇ ਦਿਖਾਉਂਦੇ ਹਾਂ ਆਪਾਂ। ਕਿੱਡਾ ਲਾਲ ਲਾਲ ਲੱਗਣ ਦਿਆ ਮਿੱਤਰੋ। ਜਿਮ ਤੋਂ ਬਾਹਰ ਆ ਚੁੱਕੇ ਹਾਂ, ਅਤੇ ਆਹ ਲੱਗਾ ਆਪਣਾ ਥੰਡਰਸਟੋਰਮ। ਚਲੋ ਫਿਰ ਚੱਲੀਏ। A few moments later ਆਪਾਂ ਪਹੁੰਚੇ ਹਾਂ ਜੀ ਕੰਪਨੀ ਬਾਗ, ਕੁਛ ਖਾਣ ਪੀਣ ਵਾਸਤੇ ਇੱਕ ਸੈਂਡਵਿਚ ਨਾਲ ਸ਼ਰਦਾਈ, ਤਾਂ ਤੁਹਾਨੂੰ ਦਿਖਾਉਂਦੇ ਹਾਂ। ਸਾਹਮਣੇ ਆਪਣੇ ਹੈਗਾ ਵਾ ਸੈਂਡਵਿਚ, ਅਤੇ ਨਾਲ ਹੈਗੀ ਆ ਸ਼ਰਦਾਈ। ਲੋ ਮਿੱਤਰੋ ਸ਼ਰਦਾਈ ਆ ਚੁੱਕੀ ਆਪਣੀ। ਬਹੁਤ ਵਧੀਆ ਯਾਰ, ਕੀ ਆਪਣੇ ਕੋਲ ਕੀ ਹੁੰਦਾ ਲੋਕਾਂ ਜੀ? ਸਪਰਾਊਟ ਸੈਲਡ ਹੁੰਦਾ ਹੈ, ਪੀਨਟ ਬਟਰ ਵਾਲਾ ਸੈਂਡਵਿਚ ਹੁੰਦਾ ਹੈ। ਅੱਛਾ, ਤਾਂ ਕੀ ਰੇਟ ਰਹੇਗਾ ਉਹਦਾ? ਸਪਰਾਊਟ ਸੈਲਡ ਕਾ ਹੈ 70 ਰੁਪਏ, ਹਾਫ ਪਲੇਟ ਪਨੀਰ ਡਰਾਈ ਫਰੂਟ ਡਾਲ ਕੇ ਮਿਕਸ ਕਰਕੇ। ਅਗਰ ਜੋ ਪਨੀਰ ਡਰਾਈ ਫਰੂਟ ਡਲਵਾਓਗੇ ਤਾਂ 70 ਕੀ ਹਾਫ ਪਲੇਟ ਹੈ, ਅਗਰ ਜੋ ਨਹੀਂ ਡਲਵਾਓਗੇ ਪਨੀਰ ਅਤੇ ਡਰਾਈ ਫਰੂਟ ਤਾਂ 50 ਕੀ ਹਾਫ ਪਲੇਟ ਹੈ। ਕਿੰਨੇ ਵੇ ਲਗਾ ਦਿੰਦੇ ਆਪਣੀ ਕਾਰਡ 'ਤੇ?
कितने में कर रहे काम? सुबह 7 बजे से लेके रात के ना 8 बजे तक होते हैं। अच्छा, बनाओ सैंडविच बनाओ। वीर जी कड़ा यूज़ कर दे रहे यार, चॉकलेट फ्लेवर? चॉकलेट फ्लेवर प्रोपेल कंपनी का। अच्छा, हुण यार तो सैंडविच लगूगा नाल केले पनीर ते होर की वीर जी पाउणा विच? ड्राई फ्रूट इसमें, ड्राई फ्रूट केला पनीर शायद पा के। ठीक है, जो पनीर दे केले दा कॉम्बिनेशन है ना वो बहुत घंट लगन दिया। टोफू सोया पनीर होता है ना, इसमें फैट नहीं होती, प्रोटीन ज्यादा होता है। 15 मिनट्स लेटर। लो भी मित्रों, हुण असीं पहुंच चुके हैं जिम अपने आश्रम विच। सैंडविच मैं खाण गया, मेरे को खादा नहीं गया, फिर मैं आ सैंडविच अपने यार उस गोपी वास्ते लाया, तुहानूं पता उहदे खा ही लैंदा हुंदा। बाकी चलो उपर जाके वेखदे हैगा वा कि नहीं हैगा गोपी। ਕੋਈ ਮਿੱਤਰੋ ਆਪਣਾ ਪ੍ਰੋਟੀਨ ਦਾ ਡੱਬਾ ਆ ਚੁੱਕਿਆ, ਕ੍ਰੇਟੀਨ ਮਸਲ ਟੈਕ, ਕ੍ਰੇਟੀਨ ਦਾ ਡੱਬਾ, ਪੀਨਟ ਬਟਰ ਦਾ ਸੈਂਡਵਿਚ ਦਾ ਡੱਬਾ ਅਤੇ ਆਪਣੀਆਂ ਬੋਤਲ ਮਸਲ ਬਿਗ ਮਸਲਸ। ਕੀ ਹੁਣ ਆਪਾਂ ਫਿਰ ਨਿਕਲਣ ਲੱਗੇ ਹਾਂ ਕੰਪਨੀ ਬਾਗ, ਕਹਿੰਦਾ ਪਿਆ ਵੀ ਚਲੋ ਚੱਲਦੇ ਹਾਂ ਹੈ ਨਾ ਖਾਣ ਪੀਣ, ਅਤੇ ਸ਼ਰਦਾਈ ਯਾਰ ਮੈਨੂੰ ਇੰਨੀ ਸਵਾਦ ਲੱਗੀ, ਇੱਕ ਗਲਾਸ 50 ਰੁਪਏ ਦਾ ਬਹੁਤ ਹੀ ਜ਼ਿਆਦਾ ਜੈਨੂਇਨ ਹੈਗਾ ਵਾ, ਠੀਕ ਆ, ਅਤੇ ਮਿੱਠਾ ਵੀ ਬਹੁਤ ਵਧੀਆ ਸੀ, ਨਾ ਉਹਦੀ ਕੌੜੀ ਨਾ ਕੁਝ ਹੈ ਨਾ, ਕਾਲੀ ਮਿਰਚ ਵੀ ਬਹੁਤ ਵਧੀਆ ਸੀ। ਸੋ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰ ਸਕਦੇ ਜੇ, ਥੱਲੇ ਮੈਂ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਆ ਲੋਕੇਸ਼ਨ। ਅਬੇ ਜਲਦੀ ਬੋਲ, ਕੱਲ੍ਹ ਸੁਬਹ ਪਨਵੇਲ ਨਿਕਲਣਾ। ਸਰ ਕੀ ਹਾਲ ਜੀ, ਮੈਂ ਵੀਡੀਓ ਬਣਾ ਲਈਏ। ਸੋ ਲੋ ਮਿੱਤਰੋ, ਆਪਾਂ ਆਪਣੇ ਐਸ਼ਟੂ ਜਿਮ ਪਹੁੰਚ ਚੁੱਕੇ ਹਾਂ, ਠੀਕ ਹੈ ਜੀ, ਸਾਹਮਣੇ ਆਪਣੇ ਬ੍ਰਦਰ ਐਕਸਾਈਜ਼ ਲਗਾ ਰਹੇ ਨੇ। ਹੋਰ ਵੀਰ ਜੀ ਕੀ ਹਾਲ ਜੀ, ਅੱਧਾ ਪਾਣੀ ਥੱਲੇ ਡੋਲੀ ਜਾਂਦਾ, ਦੁਬਾਰਾ ਨਿਕਲ ਚੁੱਕੇ ਹਾਂ ਆਪਣੇ ਸਫ਼ਰ ਵਿੱਚ, ਗੱਡੀ ਮੁੰਡਾ ਲੈ ਕੇ ਆਇਆ ਵਾ। ਕਿੱਥੇ ਜਾਣਾ, ਕਿੱਥੇ ਆ ਫੁੱਲ ਦੇ ਪੱਤੇ ਇੱਧਰ ਨਾ ਵਿਖਾਈ ਬੜਾ ਵੀਰ, ਆਪਾਂ ਇੰਨੀ ਗੱਡੀ ਗਰਮ ਹੋਈ ਨਾ, ਧੁੱਪੇ ਲੱਗਦਾ ਸੀ ਆ ਸਿਆਪਾਂ ਦਾ, ਗੱਡੀ ਇੰਨੀ ਗਰਮ ਹੋਈ ਨਾ, ਫਿਰ ਮੈਂ ਏ ਸੀ ਉਸੀ ਲਾਓ ਭਰਾ ਕੀ ਕਰਨ ਦੇ ਜੀ, ਕਿਤੇ ਹੁਣ ਗੱਡੀ ਸਟਾਰਟ ਨਹੀਂ ਹੋਣੀ ਨਾ ਭਰਾਵਾ, ਇੱਕ ਦਿਆ ਕਨੈਕਟ ਹੀ ਨਹੀਂ ਹੋਣ ਦਿਆ ਬਲੂਟੂਥ ਤੋਂ ਇਲਾਵਾ, ਬਿਨਾਂ ਗਾਣੇ ਤੋਂ ਹੁਣ ਜਾਂਦੇ ਪਏ, ਮੋਬਾਈਲ 'ਚ ਗਾਣੇ ਲਾ ਕੇ ਜੀ ਵੀਰ ਜਾਂਦਾ ਵਾ, ਚੱਕ ਕਰੋ ਲੈ, ਕਨੈਕਟ ਹੀ ਨਹੀਂ ਹੋਣ ਦਿਆ ਬਲੂਟੂਥ, ਜਿਹੜਾ ਐਲ ਸੀ ਡੀ ਵਾਲਾ ਹੁੰਦਾ ਉਹਦਾ ਕਨੈਕਟ ਹੋ ਜਾਂਦਾ, ਪਰ ਜਿਹੜਾ ਬਿਨਾਂ ਨਾ ਇੱਕ ਹੁੰਦਾ ਨਹੀਂ ਪਿਆ ਕਨੈਕਟ, ਫਿਰ ਆਪਾਂ ਹੁਣ ਚਲੋ ਉੱਦਾਂ ਹੀ ਜਾਂਦੇ ਪਏ ਇੰਸਟਾਗ੍ਰਾਮ 'ਤੇ, ਆਡੀਓ 'ਤੇ ਗਾਣਾ ਲਾ ਲਾਂਗੇ। ਆਹ ਕੰਮ ਨਾ ਕਰਿਆ ਯਾਰ, ਤੈਨੂੰ ਕਿੰਨੀ ਸਮਝਾਇਆ ਵਾ, ਹੁਣ ਵੇਖਿਓ ਵੀਰ ਕੱਟ ਮਾਰਦਾ, ਚੈੱਕ ਕਰਿਓ ਕੱਟ ਮਾਰਦਾ ਓਏ ਓਏ, ਰਮਾਨ ਨਾ ਚਲਾਉਣਾ ਤੈਨੂੰ। ਉਡਾ ਦੇ ਯਾਰ।
ਹੋਰਨ ਤੇ ਤਾਂ ਹੋਣਾ ਹੀ ਨਹੀਂ ਮੇਰੇ ਹਿਸਾਬ ਨਾਲ। ਸੋ ਲੋ ਵੀ ਮਿੱਤਰੋ ਹੁਣ ਆਪਾਂ ਫਿਰ ਪਹੁੰਚ ਚੁੱਕੇ ਹਾਂ ਕੰਪਨੀ ਬਾਗ ਦੇ ਗੇਟ ਦੇ ਬਾਹਰ। ਉਦਣ ਆਪਾਂ ਹੈਗੇ ਸੀ ਆਪਣੇ ਮੋਟਰਸਾਈਕਲ ਤੇ, ਅੱਜ ਆਪਾਂ ਹੈਗੇ ਗੱਡੀ ਤੇ। ਇਹ ਇੱਕ ਕੱਟ ਵੱਜਦਾ ਹੁਣ ਹੌਲੀ ਓਏ ਹੌਲੀ ਹੌਲੀ ਰਮਾਨ ਨਾ ਰਮਾਨ ਨਾ ਰਮਾਨ ਨਾ, ਕੁਛ ਨਹੀਂ ਹੋ ਗਿਆ, ਪਹੁੰਚ ਗਏ ਆ ਉਹ ਸਾਹਮਣੇ। ਆਪਾਂ ਫਿਰ ਪਹੁੰਚ ਗਏ ਸ਼ਰਦਾਈ ਦੀ ਭੀੜ ਹੈਗੀ ਆ, ਉਹ ਸਾਹਮਣੇ ਸ਼ਰਦਾਈ ਲੱਗੀ ਵੀਰ। ਪੀ ਕੇ ਦੱਸ ਹੁਣ ਕਿੱਦਾਂ ਦਾ ਵਾ? ਮੈਂ ਤੇ ਪੀ ਲਈ ਆ, ਹੈਗਾ ਵਾ, ਹੈ ਗੱਲਬਾਤ। ਮੈਂ ਹੁਣ ਪੀ ਕੇ ਗਿਆ, ਮੈਂ ਚੱਲ ਇੱਕ ਗਲਾਸ ਹੀ ਕਰਾ ਲਾ ਕਿਉਂਕਿ ਮੈਂ ਕੋਈ ਇੰਨਾ ਵਾਲਾ ਪੀਤਾ ਵੀ ਨਹੀਂ ਹੈ ਨਾ। ਮੈਨੂੰ ਕਿਹਾ ਚੱਲ ਇੱਕ ਟੇਸਟ ਕਰ, ਬਹੁਤ ਵਧੀਆ ਲੱਗਾ ਵੀਰ ਕਹਿੰਦਾ। ਤੋ ਲਓ ਮਿੱਤਰੋ ਆਪਣੇ ਦੋਵੇਂ ਚੀਜ਼ਾਂ ਪੈਕ ਹੋ ਚੁੱਕੀਆਂ, ਫੜੀ ਨੇ ਦੋ ਮਿੰਟ। ਚਲੋ ਮਿੱਤਰੋ ਸ਼ਰਦਾਈ ਵੀ ਆਪਾਂ ਪੀ ਲਈ ਆ, ਸ਼ਰਦਾਈ ਮੁੰਡਾ ਮੈਂ ਪੀ ਕੇ ਇਹਦੇ ਨਾਲ ਹੀ ਮਗਰ ਪੈ ਗਈ। ਨਹੀਂ ਮੈਂ ਸ਼ਰਦਾਈ ਪੀ ਕੇ ਆਉਣੀ ਆ, ਦੱਸ ਕਿੱਦਾਂ ਦੀ ਆ ਤੇ ਫਿਰ ਕੰਪਨੀ ਵਾਲਾ ਪਹੁੰਚੇ ਸ਼ਰਦਾਈ ਪੀਤੀ ਆ ਤੇ ਫਰੂਟ ਚਾਟ ਪੈਕ ਕਰਾ ਲਿਆ ਵਾ। ਚਲੋ ਫਿਰ ਆਪਾਂ ਇੱਥੇ ਕਰਦੇ ਹਾਂ ਵਲੋਗ ਦਾ ਐਂਡ। ਜੇ ਤੁਹਾਨੂੰ ਆਹ ਵਲੋਗ ਸਾਡਾ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ, ਇੱਦਾਂ ਹੀ ਨਵੇਂ ਨਵੇਂ ਵਲੋਗ ਸੁਣਦੇ ਜਾਂਦੇ ਰਹਿਣਗੇ। ਮਿਲ ਜਾਣਾ ਨੈਕਸਟ ਵਲੋਗ, ਟਿਲ ਨਾ ਟੇਕ ਬਾਏ ਬਾਏ, ਥੈਂਕ ਯੂ। ਬਣ ਬੈਠੇ ਤੋਰਨੇ ਆ ਜੱਗ ਤੋਂ ਲੈਣੇ ਬਦਲੇ ਕਿਆ ਤੋਂ ਗਿਣ ਗਿਣ ਲਿਖੇ ਨੇ ਆਓ ਜੱਟ ਦੀ ਜਵਾਨੀ।